ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਰਾਮਾ ਅੱਜ ਤੁਹਾਡੇ ਨਾਲ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਹੈਗਾ। ਅੱਜ ਮੈਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ ਸਾਡੇ ਮਰੀਜ਼ ਮਹਿੰਦਰ ਸਿੰਘ ਜੀ ਭੁੱਲਾ ਰਾਈ ਨੇੜੇ ਫਗਵਾੜਾ ਤੋਂ। ਠੀਕ ਹੈ ਜੀ, ਆਪਾਂ ਸਭ ਤੋਂ ਪਹਿਲਾਂ ਮਹਿੰਦਰ ਸਿੰਘ ਜੀ ਹੁਣਾਂ ਨਾਲ ਗੱਲਬਾਤ ਕਰਾਂਗੇ, ਕਿਉਂਕਿ ਮਹਿੰਦਰ ਸਿੰਘ ਜੀ ਕਾਫੀ ਟਾਈਮ ਤੋਂ ਬੈੱਡ ਤੇ ਸੀਗੇ, ਚੱਲ ਫਿਰ ਨਹੀਂ ਸਕਦੇ ਸੀਗੇ, ਵੀਲ ਚੇਅਰ ਦੇ ਉੱਪਰ ਰਹਿੰਦੇ ਸੀ। ਅੱਜ 2 ਮਹੀਨੇ ਹੋ ਗਏ ਮਹਿੰਦਰ ਸਿੰਘ ਜੀ ਦਾ ਇਲਾਜ ਚੱਲਦਿਆਂ ਨੂੰ। ਆਪਾਂ ਮਹਿੰਦਰ ਸਿੰਘ ਜੀ ਤੋਂ ਜਾਣਾਂਗੇ ਵੀ ਹੁਣ ਉਹ ਸਾਡੇ ਜਿਹੜੇ ਆ ਇਲਾਜ ਤੋਂ ਕੀ ਕਿੱਦਾਂ ਕਿੱਦਾਂ ਮਹਿਸੂਸ ਕਰਦੇ ਆ। ਠੀਕ ਹੈ ਜੀ, ਆਓ ਆਪਾਂ ਮਹਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਆ। ਮਹਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਹਿੰਦਰ ਸਿੰਘ ਜੀ, ਸਾਡੇ ਵੀਡੀਓ ਦੇਖ ਰਹੇ ਉਧਰ ਦਰਸ਼ਕਾਂ ਨੂੰ ਦੇਖ ਕੇ ਦੱਸੋ ਵੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਿਹੜੀ ਰੀੜ ਦੀ ਹੱਡੀ ਦੀ ਪ੍ਰੋਬਲਮ, ਸਲਿਪਰ ਡਿਸਕ ਦੀ ਪ੍ਰੋਬਲਮ ਆਈ ਸੀ, ਕਦੋਂ ਤੋਂ ਚੱਲ ਰਹੀ ਸੀ ਪ੍ਰੋਬਲਮ? ਉਹ ਡਾਕਟਰ ਜੀ ਸਾਨੂੰ, ਮੈਨੂੰ 3-4 ਸਾਲ ਹੋ ਗਿਆ ਸੀਗਾ ਜੀ, ਤੇ ਫਿਰ ਮੈਂ ਦੁਬਈ ਤੋਂ ਇੱਧਰ ਆ ਗਿਆ। ਇੱਧਰ ਆ ਕੇ ਹਲਕਾ ਕੰਮ ਸੀ ਥੋੜਾ ਬਹੁਤ, ਆਪਣਾ ਖੇਤੀਬਾੜੀ ਦਾ ਕਰੀ ਗਿਆ ਜੀ। ਉਹ ਥੋੜਾ ਬਹੁਤ ਦਰਦ ਹੋਣਾ, ਡਾਕਟਰ ਤੋਂ ਦਵਾ ਲੈ ਲੈਣੀ, ਤੋ ਫਿਰ 2 ਮਹੀਨੇ ਨਿਕਲ ਜਾਣਾ ਜੀ। ਉਹਨੂੰ ਮੈਂ ਕਿਹਾ ਵੀ ਬਈ ਡਾਕਟਰ ਨੂੰ, ਮੈਂ ਬਈ ਏਦਾਂ ਏਦਾਂ ਕਰਕੇ ਵੀ ਮੇਰੀ ਡਿਗਸ ਤਾਂ ਨਹੀਂ ਹਿੱਲੀ। ਉਹਨੇ ਕਹਿਣਾ ਕੋਈ ਗੱਲ ਨਹੀਂ ਜੀ, ਦਵਾ ਖਾ ਜਾਓ। ਅੱਛਾ ਮਹਿੰਦਰ ਸਿੰਘ ਜੀ, ਇਹ ਦੱਸੋ ਵੀ ਜਿਹੜਾ ਤੁਹਾਡਾ ਰੀੜ ਦੀ ਹੱਡੀ ਦਾ ਇੱਕ ਨਹੀਂ, 2-2, 3-3 ਜਗ੍ਹਾ ਸਲਿਪਰ ਡਿਸਕ ਸੀ, ਆਪਰੇਸ਼ਨ ਹੋਣਾ ਸੀ। ਹਾਂਜੀ, ਉਦੋਂ ਕੀ ਲੱਗਦਾ ਹੁੰਦਾ ਸੀ ਆਪਰੇਸ਼ਨ ਦੇ ਨਾਂ ਤੇ? ਡਰ ਲੱਗਦਾ ਸੀ, ਕੀ ਮਹਿਸੂਸ ਹੁੰਦਾ ਸੀ? ਹਾਂਜੀ, ਡਰ ਤਾਂ ਲੱਗਦਾ ਹੀ ਹੈ, ਨਾੜਾਂ ਕੀ ਪਤਾ ਬਰੀ ਬਰੀ ਕੇ ਨਾੜਾਂ ਕੱਟ ਵੱਟ ਵੀ ਹੋ ਸਕਦੇ ਆ ਜੀ। ਜਦੋਂ ਤੁਸੀਂ ਬੈੱਡ ਤੇ ਰਹਿੰਦੇ, ਚੱਲ ਫਿਰ ਨਹੀਂ ਲੱਗਦਾ ਸੀ, ਚੱਲ ਫਿਰ ਨਹੀਂ ਸਕਦੇ ਸੀ, ਉਦੋਂ ਕੀ ਲੱਗਦਾ ਹੁੰਦਾ ਸੀ, ਕੀ ਮਹਿਸੂਸ ਹੁੰਦਾ ਵੀ ਤੁਰੋ ਫਿਰੋਗੇ ਕਿ ਨਹੀਂ, ਮੈਂ ਕਦੋਂ ਚੱਲੂ? ਹਾਂਜੀ, ਔਖਾ ਸੀਗਾ, ਮੈਂ ਜਾਣੀ ਸਿੱਧੇ ਨਾਲ ਤੁਰਦਾ ਤਾਂ ਸੀਗਾ ਮਾੜਾ ਮੋਟਾ। ਠੀਕ ਹੈ ਜੀ। ਉਹ ਜਦ ਇੱਕਦਮ ਲੱਤਾਂ ਜੱਕਦਮ ਇਹ ਜਵਾਬ ਦੇ ਗਈਆਂ ਜਾਣੀ, ਫੇਰ ਘਰਦਿਆਂ ਨੂੰ ਕਿਹਾ ਵੀ ਮਿੱਤ ਹੁਣ ਮੇਰੀ ਬੱਸ ਆ, ਮਿੱਤ ਨਹੀਂ ਉੱਠਦਾ। ਠੀਕ ਹੈ ਜੀ। ਹਾਂਜੀ, ਅੱਛਾ ਤੁਸੀਂ ਇਹਨਾਂ ਦੇ ਪਰਿਵਾਰਕ ਮੈਂਬਰ ਕੀ ਕਹਿਣਾ ਚਾਹੋਗੇ ਮਹਿੰਦਰ ਸਿੰਘ ਜੀ ਦੇ ਇਲਾਜ ਤੋਂ? ਬਹੁਤ ਬਹੁਤ ਸਾਨੂੰ ਬਹੁਤ ਖੁਸ਼ੀ ਆ ਕਿ ਇਹ ਇਲਾਜ ਹੋਇਆ ਹੈ ਜਿਹਨ ਕੇ। ਠੀਕ ਹੈ ਜੀ। ਡਾਕਟਰ ਪਰਮਾਤਮਾ ਹੀ ਹੁੰਦਾ ਹੈ ਕਿ ਰੱਬ ਦਾ ਰੂਪ ਹੀ ਹੁੰਦਾ ਆ ਜੀ। ਜੀ ਠੀਕ ਨਹੀਂ, ਇੰਨਾ ਅੱਗੇ ਤੁਰਨ ਫੈਰਨ ਲੱਗ ਪਿਆ, ਬਹੁਤ ਵਧੀਆ, ਸਾਨੂੰ ਖੁਸ਼ੀ ਦੀ ਗੱਲ ਹੈ। ਠੀਕ ਹੈ ਜੀ। ਹਾਂਜੀ ਠੀਕ ਹੈ ਜੀ। ਹਾਂਜੀ, ਆਪਾਂ ਹੁਣ ਨਾ ਜੀ ਮਹਿੰਦਰ ਸਿੰਘ ਜੀ ਹੁਣ ਤੋਰਾਂਗੇ, ਕਿਉਂਕਿ ਕਾਫੀ ਟਾਈਮ ਤੋਂ ਵੀਲ ਚੇਅਰ ਦੇ ਉੱਪਰ ਸੀਗੇ। ਆਓ ਆਪਾਂ ਇੱਕ ਵਾਰੀ ਮਹਿੰਦਰ ਸਿੰਘ ਜੀ ਨੂੰ ਤੋਰਦੇ ਹਾਂ। ਹਾਂਜੀ ਮਹਿੰਦਰ ਸਿੰਘ ਜੀ, ਖੜੇ ਹੋ ਕੇ ਦਿਖਾਓ ਜੀ, ਇੱਕ ਵਾਰ ਜੀ, ਹੋਰ ਜੀ ਕੰਮ ਨਾ। ਹਾਂਜੀ, ਤੁਰ ਸਕਦੇ, ਆਓ ਤੁਰ ਕੇ ਦਿਖਾਓ ਜੀ। ਜੀ ਜੀ, ਠੀਕ ਹੈ। ਇਹਦਾ ਤੁਰਨ ਚ ਕੋਈ ਦਿੱਕਤ ਤੁਹਾਨੂੰ ਕੋਈ ਨਹੀਂ? ਨਹੀਂ, ਦਿੱਕਤ ਤਾਂ ਚਪਲਾ ਕਰਕੇ ਮੈਂ ਕਹਿੰਦਾ। ਖੁਸ਼ੀ ਮਹਿਸੂਸ ਹੋ ਰਹੀ? ਹਾਂ, ਖੁਸ਼ੀ ਬਹੁਤ ਹੋਈ, ਮੇਰੇ ਬੱਚੇ ਵੀ ਛੋਟੇ ਛੋਟੇ ਆ। ਅੱਛਾ ਜੀ। ਹਾਂਜੀ, ਖੁਸ਼ੀ ਮਹਿਸੂਸ ਕਰ ਰਹੇ ਹੋ ਤਾਂ? ਹਾਂਜੀ ਹਾਂਜੀ, ਬਹੁਤ ਵਧੀਆ ਜੀ। ਆਓ ਤੁਰ ਕੇ ਦਿਖਾਓ। ਵੀਲ ਚੇਅਰ ਤੋਂ ਉੱਠ ਕੇ ਕੋਈ ਦਰਦ ਤੁਹਾਨੂੰ, ਕੋਈ ਦਿੱਕਤ? ਨਹੀਂ, ਇੰਨੀ ਦਰਦ ਨਹੀਂ ਹੁੰਦੀ। ਹੁਣ ਇਲਾਜ ਤੋਂ, ਵੀਡੀਓ ਦੇਖ ਰਿਹਾ ਦਰਸ਼ਕਾਂ ਨੂੰ ਦੱਸੋ ਵੀ ਠੀਕ ਹੋ, ਸੰਤੁਸ਼ਟ? ਹਾਂਜੀ ਠੀਕ ਹੈ ਜੀ, ਠੀਕ ਠੀਕ ਹੈ, ਕੋਈ ਦਿੱਕਤ ਨਹੀਂ? ਧੰਨਵਾਦ ਜੀ ਰਾਮਾ ਡਾਕਟਰ ਹੋਣਾ ਦਾ। ਠੀਕ ਹੈ ਜੀ। ਲਓ ਜੀ, ਮਹਿੰਦਰ ਸਿੰਘ ਜੀ ਹੁਣ ਤੁਰਨ ਫਿਰਨ ਲੱਗ ਗਏ ਆ ਜੀ। ਵਾਹਿਗੁਰੂ ਪ੍ਰਮਾਤਾ ਅਗਰ ਦੁਆ ਕਰਦੇ ਆ ਵੀ ਇਹ ਪ੍ਰੇਜ਼ ਪੂਰੇ ਕਰਦੇ ਰਹਿਣ, ਤੰਦਰੁਸਤ ਹੋ ਕੇ ਆਪਣੀ ਜ਼ਿੰਦਗੀ ਜੀਣ। ਹਾਂਜੀ, ਵੀਡੀਓ ਦੇਖ ਰਿਹਾ ਦਰਸ਼ਕਾਂ ਦਾ, ਮੇਰੇ ਵੱਲੋਂ ਡਾਕਟਰ ਰਾਮਾ ਵੱਲੋਂ ਬਹੁਤ ਬਹੁਤ ਧੰਨਵਾਦ।